ਜੇ ਤੁਹਾਡੇ ਆਇਲਸ ਓਵਰਆਲ 7-62 ਨੇ, ਨਾਟ ਲੈਸ ਦੈਨ 6.5 ਇੱਕ ਮੋਡਿਊਲ ਚੋਂ, ਜਾਂ ਤੁਹਾਡੇ ਕੋਲ ਓਈਟੀ ਲੈਵਲ ਬੀ ਹੈ, ਪਲੱਸ ਤੁਹਾਡੇ ਕੋਲ ਸੀਬੀਟੀ ਇਗਜ਼ਾਮ ਕਲੀਅਰ ਹੈ, ਤੁਹਾਡਾ ਔਸਕੀ ਕਲੀਅਰ ਹੈ, ਤੁਸੀਂ NMC 'ਚ ਰਜਿਸਟਰਡ ਹੋ, ਤਾਂ ਤੁਸੀਂ ਐਲੀਜੀਬਲ ਹੋ ਰਜਿਸਟਰਡ ਨਰਸ RN ਵਾਸਤੇ ਅੰਡਰ NHS UK। ਅਗਰ ਤੁਹਾਡੇ ਕੋਲ ਸਿਰਫ ਆਇਲਸ 7-62 ਨੇ ਜਾਂ ਓਈਟੀ ਲੈਵਲ ਬੀ ਹੈ, ਫਿਰ ਤੁਸੀਂ NHS ਦੀ ਦੂਜੀ ਕੈਟਾਗਰੀ ਵਾਸਤੇ ਐਲੀਜੀਬਲ ਹੋ, ਨਾ ਕਿ RN ਵਾਸਤੇ। ਜ਼ਿਆਦਾ ਜਾਣਕਾਰੀ ਦਿੱਤੇ ਨੰਬਰ 'ਤੇ ਸੰਪਰਕ ਕਰੋ। ਸਤਿ ਸ਼੍ਰੀ ਅਕਾਲ।